ਦੇਖੋ ਇੱਦਾਂ ਆ, ਮੋਦੀ ਸਾਹਿਬ ਜੀ ਨੇ ਇੱਕ ਬੜਾ ਵਧੀਆ ਇੰਡੀਆ ਨੂੰ ਸਲੋਗਨ ਦਿੱਤਾ ਸੀ, ਮੇਕ ਇਨ ਇੰਡੀਆ ਐਂਡ ਮੇਡ ਇਨ ਇੰਡੀਆ। ਉਹ ਕਹਿੰਦੇ ਤੁਸੀਂ ਇੰਡੀਆ 'ਚ ਪ੍ਰੋਡਕਟ ਬਣਾਓ ਔਰ ਐਕਸਪੋਰਟ ਕਰੋ, ਔਰ ਬਾਹਰ ਵੀ ਵੇਚੋ ਅਤੇ ਆਪਣੀ ਕੰਟਰੀ 'ਚ ਵੀ ਵੇਚੋ ਸਾਰਾ ਕੁਛ। ਪਰ ਉਹ ਜਿਹੜਾ ਇੱਕ ਦਿੱਤਾ ਗਿਆ ਸਲੋਗਨ, ਉਹ ਇਕੱਲਾ ਸਲੋਗਨ ਹੀ ਰਹਿ ਗਿਆ, ਕਿਉਂਕਿ ਕਿਸੇ ਵੀ ਚੀਜ਼ ਨੂੰ ਜਦੋਂ ਅੱਜ ਜਿਹੜੀ ਆਪਣੇ ਇੱਥੇ ਬਣਦੀ ਪਈ ਹੈ, ਜਦੋਂ ਅਸੀਂ ਉਹਨੂੰ ਵਧਾਉਣਾ ਆ ਜਾਂ ਅਸੀਂ ਉਹਦੀ ਕੁਆਲਿਟੀ ਅਪ ਕਰਨੀ ਹੈ ਜਾਂ ਉਹਦੀ ਨਵੇਂ ਟਾਈਪ ਦੀਆਂ ਜਿਹੜੀਆਂ ਚੀਜ਼ਾਂ ਅੱਜ ਮਾਰਕੀਟ ਦੀ ਜਿਹੜੀ ਡਿਮਾਂਡ ਹੈਗੀ ਆ ਐਕਸਪੋਰਟ ਵਾਸਤੇ, ਜਦੋਂ ਉਹ ਕਰਨੀਆਂ, ਉਹਦੇ ਵਾਸਤੇ ਕਈ ਚੀਜ਼ਾਂ ਚਾਹੀਦੀਆਂ ਹੁੰਦੀਆਂ, ਜਿਹਦੇ ਵਿੱਚ ਸਭ ਤੋਂ ਪਹਿਲੀ ਚੀਜ਼ ਹੁੰਦੀ ਹੈ ਟੈਕਨੋਲੋਜੀ। ਤੁਹਾਡੇ ਕੋਲ ਉਹ ਤਕਨੀਕ ਹੋਣੀ ਚਾਹੀਦੀ ਹੈ, ਫਿਰ ਉਸ ਟੈਕਨੋਲੋਜੀ ਦੇ ਹਿਸਾਬ ਨਾਲ ਤੁਹਾਨੂੰ ਉਹਨਾਂ ਦੀ ਮਸ਼ੀਨਰੀ ਵੀ ਚਾਹੀਦੀ ਹੈ ਜਿਹਦੇ 'ਤੇ ਉਹ ਪ੍ਰੋਡਕਟ ਬਣਨਗੀਆਂ। ਸਾਈਕਲ ਲਾਈਨ ਦੇ ਵਿੱਚ ਅੱਜ ਜਿਹੜਾ ਸਭ ਤੋਂ ਵੱਡੀ ਸਾਨੂੰ ਮਾਰ ਪੈ ਰਹੀ, ਕਿਉਂਕਿ ਮੈਂ ਹੁਣੇ ਪਿਛਲੇ ਮਹੀਨੇ ਫਰੈਂਕਫਰਟ ਦੇ ਵਿੱਚ ਯੂਰੋ ਬਾਈਕ ਦਾ ਜਿਹੜਾ ਸ਼ੋਅ ਹੁੰਦਾ, ਜਿਹੜਾ ਵਰਲਡ ਦੇ ਵਿੱਚ ਚਾਈਨਾ ਵੀ ਹੁੰਦਾ ਇੱਕ, ਉੱਥੇ ਇੱਕ ਉੱਥੇ ਹੁੰਦਾ, ਉੱਥੇ ਸਾਰੀ ਦੁਨੀਆ ਦੇ ਜਿਹੜੇ ਸਾਈਕਲ ਦੇ ਬਣਾਉਣ ਵਾਲੇ ਪਾਰਟਸ ਔਰ ਸਾਈਕਲ ਬਣਾਉਣ ਵਾਲੀ ਕੰਟਰੀਜ਼ ਆਈਆਂ ਸੀਗੀਆਂ। ਉਹਦਾ ਅਸੀਂ ਜਿਹੜਾ ਦੇਖ ਕੇ ਆਏ ਹਾਂ ਜਾਂ ਉੱਥੇ ਜਾ ਕੇ ਅਸੀਂ ਕੰਪੈਰੀਜ਼ਨ ਕੀਤਾ ਜਾ ਕੇ ਵੀ ਅਸੀਂ ਕਿੱਥੇ ਹਾਂ ਅਤੇ ਉਹ ਕਿੱਥੇ ਹਾਂ, ਚਾਹੇ ਹਿੰਦੁਸਤਾਨ ਅੱਜ ਦੁਨੀਆ ਦਾ ਦੂਸਰਾ ਸਭ ਤੋਂ ਜ਼ਿਆਦਾ ਸਾਈਕਲ ਐਂਡ ਸਾਈਕਲ ਪਾਰਟਸ ਬਣਾਉਣ ਵਾਲੀ ਕੰਪਨੀ ਆ, ਕੰਟਰੀ ਆ, ਅਸੀਂ 3 ਕਰੋੜ ਸਾਈਕਲ ਦੇ ਉੱਤੇ ਬੈਠੇ ਹਾਂ ਔਰ ਚਾਈਨਾ 20-22 ਕਰੋੜ ਸਾਈਕਲ ਦੇ ਉੱਤੇ ਹੈਗਾ ਆ। ਔਰ ਜੋ ਟੈਕਨੋਲੋਜੀ ਅੱਜ ਦੀ ਉੱਥੇ ਹੈਗੀ ਆ, ਮੈਂ ਇਹ ਗੱਲ ਕਹਾਂ ਇੱਕ ਜਿੱਦਾਂ ਅਸੀਂ ਲੋਕ ਹਾਲੇ ਵੀ ਉਹ ਜਿਹੜੀ ਬੱਚਿਆਂ ਵਾਲੀ ਇੱਕ ਛੋਟੇ ਉੱਤੇ ਕਾਰ ਹੁੰਦੀ ਸੀ ਨਾ ਟੀਜੇ ਦੀ ਕਾਰ, ਅਸੀਂ ਉਸ ਟਾਈਪ ਦੀ ਇੱਕ ਟੈਕਨੋਲੋਜੀ 'ਤੇ ਬੈਠੇ ਹਾਂ, ਔਰ ਜਿਹੜੇ ਉਹ ਬੰਦੇ ਬੈਠੇ ਆ ਉਹ ਕੰਪਿਊਟਰ ਕਰਾਈਜ ਜਿਹੜੀ ਆ ਕਾਰਾਂ ਆਪਾਂ ਬੱਚੇ ਜਿੱਦਾਂ ਚਲਾਉਂਦੇ ਤੁਸੀਂ ਦੇਖਦੇ ਹੋ ਅੱਜ ਕੱਲ੍ਹ ਮਿਲਦੀਆਂ, ਸਾਰਾ ਕੁਛ ਕੰਪਿਊਟਰਾਈਜ ਹੈਗਾ, ਸਾਰਾ ਰਿਮੋਟ ਕੰਟਰੋਲ ਨਾਲ ਚੱਲਦੀਆਂ, ਇੱਦਾਂ ਦਾ ਫਰਕ ਹੋਇਆ। ਅਸੀਂ ਉਹੀ ਹਾਲੇ ਡੱਬਾ ਲੈ ਕੇ ਉਹੀ ਅਸੀਂ ਛੋਟੀ ਛੋਟੀਆਂ ਚੀਜ਼ਾਂ ਲੈ ਕੇ ਬੈਠੇ ਹਾਂ। ਸਾਨੂੰ ਸਭ ਤੋਂ ਵੱਡੀ ਚੀਜ਼ ਜਿਹੜੀ ਆ ਇਸ ਵੇਲੇ ਟੈਕਨੋਲੋਜੀ ਮਾਰ ਕਰ ਰਹੀ ਆ, ਸਾਡੇ ਕੋਲ ਮਸ਼ੀਨਰੀ ਉੱਦਾਂ ਦੀ ਹੈ ਨੀਗੀ। ਗੌਰਮੈਂਟ ਨੇ ਸਲੋਗਨ ਬਹੁਤ ਵਧੀਆ ਦਿੱਤਾ, ਪਰ ਉਹਦੇ ਨਾਲ ਨਾਲ ਜੇ ਸਾਨੂੰ ਉਹ ਇਹ ਚੀਜ਼ ਵੀ ਦੇ ਦੇਣ ਵੀ ਤੁਸੀਂ ਟੈਕਨੋਲੋਜੀ ਇੰਪੋਰਟ ਕਰ ਸਕਦੇ ਹੋ, ਤੁਸੀਂ ਕੋਲੈਬੋਰੇਸ਼ਨ ਕਰੋ ਕੰਪਨੀਜ਼ ਦੇ ਨਾਲ, ਉਹਦੇ ਵਾਸਤੇ ਜਿਹੜੀ ਤੁਹਾਨੂੰ ਮਸ਼ੀਨਰੀ ਚਾਹੀਦੀ ਆ ਉਹ ਮਸ਼ੀਨਰੀ ਅਸੀਂ ਤੁਹਾਨੂੰ ਇੰਪੋਰਟ ਕਰਨ ਵਾਸਤੇ ਦੇਵਾਂਗੇ, ਉਹਦੇ 'ਤੇ ਅਸੀਂ ਕੋਈ ਵੀ ਡਿਊਟੀ ਜਾਂ ਨੋਮੀਨਲ ਜੀ ਡਿਊਟੀ ਲਾ ਕੇ ਤੁਸੀਂ ਲਿਆਓ, ਅਤੇ ਉਹਦੇ ਨਾਲ ਜਿਹੜੀ ਹੈ ਸਾਡੀ ਕੰਟਰੀ ਹੈਗਾ ਵਰਲਡ ਦੇ ਵਿੱਚ ਕੰਪੀਟ ਕਰਨ ਵਾਸਤੇ, ਅਸੀਂ ਚਾਈਨਾ ਦੇ ਨਾਲ ਖੜ੍ਹੇ ਹੋਣ ਵਾਸਤੇ ਮਾਰਕੀਟ ਦੇ ਵਿੱਚ ਉਹ ਪ੍ਰੋਡਕਟ ਦੇ ਸਕਦੇ ਜਿਹੜੇ ਪ੍ਰੋਡਕਟ ਚਾਈਨਾ ਦੇ ਰਿਹਾ ਜਾਂ ਜਿਹੜੀ ਉਹਨਾਂ ਕੰਟਰੀਜ਼ ਦੀ ਰਿਕੁਆਇਰਮੈਂਟ ਹੈ ਉੱਦਾਂ ਦੇ ਅਸੀਂ ਪ੍ਰੋਡਕਟ ਬਣਾ ਸਕਦੇ ਹਾਂ। ਬਿਲਕੁਲ ਤੁਸੀਂ ਸਹੀ ਗੱਲ ਕਹਿ ਰਹੇ ਹੋ, ਅੱਜ ਜੋ ਸਾਡੀ ਕੰਟਰੀ 'ਚ ਸਾਨੂੰ ਪ੍ਰੋਬਲਮਸ ਆ ਰਹੀਆਂ ਉਹ ਲੋਕਲ ਲੈਵਲ 'ਤੇ ਆਪਾਂ ਕਹਿ ਦਈਏ ਚਾਹੇ ਸਟੇਟ ਗੌਰਮੈਂਟ ਹੈ ਚਾਹੇ ਸਾਡੀ ਸੈਂਟਰ ਗੌਰਮੈਂਟ ਹੈ। ਪਹਿਲੀ ਗੱਲ ਟੈਕਨੋਲੋਜੀ ਦੇ ਹਿਸਾਬ ਨਾਲ ਉਹਦੇ ਵਾਸਤੇ ਮਟੀਰੀਅਲ ਜਿਹੜੇ ਚਾਹੀਦੇ ਆ, ਦੋਜ਼ ਮਟੀਰੀਅਲਸ ਆਰ ਨੋਟ ਅਵੇਲੇਬਲ। ਸਾਡੀਆਂ ਜਿੰਨੀਆਂ ਚਾਹੇ ਸਰਕਾਰੀ ਕੰਪਨੀਜ਼ ਨੇ ਚਾਹੇ ਸਾਡੇ ਪ੍ਰਾਈਵੇਟ ਵੱਡੀਆਂ ਵੱਡੀਆਂ ਕੰਪਨੀਆਂ ਜਿਹੜੀਆਂ ਲੋਹਾ ਜਾਂ ਬਾਕੀ ਅਲਮੀਨੀਅਮ ਜਾਂ ਬਾਕੀ ਚੀਜ਼ਾਂ ਬਣਾਉਂਦੀਆਂ, ਉਹ ਮਟੀਰੀਅਲ ਹਾਲੇ ਵੀ ਇੰਡੀਆ 'ਚ ਨਹੀਂ ਬਣ ਰਿਹਾ ਜਿਹੜੇ ਉਹ ਲੋਕ ਯੂਜ਼ ਕਰ ਰਹੇ ਨੇ। ਉਹ ਤਾਂ ਇਸ ਵੇਲੇ ਤੁਸੀਂ ਦੇਖੋ ਨਾ ਵੀ ਫਾਈਬਰ ਦੇ ਵੀ ਜਿਹੜਾ ਹੈਗਾ ਉਹਦੇ 'ਚ ਆ ਗਏ ਆ, ਹੈ ਨਾ, ਅਤੇ ਇਹ ਚੀਜ਼ਾਂ ਉਹ ਸਾਨੂੰ ਹਾਲੇ ਅਵੇਲੇਬਲ ਨਹੀਂ ਹੈਗਾ, ਨਾ ਹੀ ਉਹ ਮਸ਼ੀਨਰੀ ਹੈਗੀ ਆ। ਉਹ ਟਾਈਮ ਸੀਗਾ ਜਦੋਂ ਆਪਾਂ ਲੋਕਾਂ ਅਸੀਂ ਸਾਡੇ ਬਜ਼ੁਰਗਾਂ ਨੇ ਇੱਥੇ ਸ਼ੁਰੂ ਕੀਤਾ ਸਾਈਕਲ ਬਣਾਉਣਾ ਜਾਂ ਸਾਈਕਲ ਪਾਰਟਸ ਬਣਾਉਣੇ ਸ਼ੁਰੂ ਕੀਤੇ ਆ,
ਉਸ ਵੇਲੇ ਕੋਈ ਸੋਰਸਿਸ ਨਹੀਂ ਸੀਗੇ, ਇੱਕ ਦੂਜੇ ਦੀ ਹੈਲਪ ਕਰਕੇ ਸਾਰਿਆਂ ਨੇ ਕੰਮ ਕੀਤੇ ਔਰ ਜੋ ਜੋ ਜਿੱਦਾਂ ਜਿੱਦਾਂ ਵੀ ਬਣਾ ਸਕੇ ਉਹ ਬਣਾਏ। ਫਿਰ ਟੈਕਨੋਲੋਜੀ ਥੋੜ੍ਹੀ ਜਿਹੀ ਅਪਗ੍ਰੇਡ ਆਪਣੇ ਹੀ ਸਮਝ ਦੇ ਨਾਲ ਕੀਤੀ ਵੀ ਆਪਾਂ ਇੱਦਾਂ ਦੀਆਂ ਮਸ਼ੀਨਾਂ ਬਣਾਈਏ ਜਿਹਦੇ ਨਾਲ ਪ੍ਰੋਡਕਸ਼ਨ ਵੱਧ ਸਕੇ, ਕੁਆਲਿਟੀ ਥੋੜ੍ਹੀ ਇੰਪਰੂਵ ਹੋ ਸਕੇ, ਕਿਉਂਕਿ ਕੋਈ ਚੀਜ਼ ਹੱਥ ਨਾਲ ਬਣਾਈ ਹੋਈ ਅਤੇ ਇੱਕ ਮਸ਼ੀਨ ਦੇ ਉੱਤੇ ਉਹਦਾ ਜਿਹੜਾ ਚੀਜ਼ ਬਣਾਇਆ ਹੁੰਦਾ ਉਹਦੇ 'ਚ ਫਰਕ ਆ ਜਾਂਦਾ ਆ। ਉਹ ਚੀਜ਼ਾਂ ਬਣਾਈਆਂ ਗਈਆਂ ਸਾਰੀਆਂ, ਉਹ ਜਦੋਂ ਜਿੱਦਾਂ ਜਿੱਦਾਂ ਬਣਦੀਆਂ ਗਈਆਂ ਚੱਲੀ ਗਈਆਂ, ਪਰ ਅੱਜ ਜੋ ਹੈਗਾ ਆ ਇੰਨੀ ਕੁ ਜ਼ਿਆਦਾ ਐਡਵਾਂਸਮੈਂਟ ਹੋ ਗਈ ਆ ਵੀ ਹਰ ਚੀਜ਼ ਰੋਬਟ ਕਰਨ ਲੱਗ ਗਏ ਨੇ। ਸਾਡੇ ਸਾਈਕਲ ਦਾ ਹਾਲੇ ਵੀ ਵੇਟ ਜਿਹੜਾ ਹੈ ਸਾਡੇ ਤਾਂ ਇੱਕ ਮੇਨ ਤਾਂ ਜਿਹੜੇ ਇੱਕ ਉਹ ਕਾਲਾ ਸਾਈਕਲ ਜਿਹਨੂੰ ਆਪਾਂ ਕਨਵੈਨਸ਼ਨਲ ਸਾਈਕਲ ਪੁਰਾਣੇ ਹੀ ਕਹਿੰਦੇ ਹਾਂ, ਉਹ ਵੀ ਹਾਲੇ ਵੀ ਬਣਦਾ ਪਿਆ ਹੈ। ਬਾਹਰ ਇਹ ਸਾਈਕਲ ਕਿਤੇ ਨਜ਼ਰ ਨਹੀਂ ਆਉਂਦਾ, ਸਾਰੇ ਅਸੀਂ ਐਗਜੀਬਿਸ਼ਨ ਦੇਖਿਆ ਕਿਤੇ ਸਾਨੂੰ ਇਹਦੇ ਨਾਲ ਦਾ ਕੋਈ ਸਾਈਕਲ ਨਹੀਂ ਨਜ਼ਰ ਆਇਆ। ਹਾਂ ਸਾਡੇ ਜਿਹੜੇ ਚਾਹੇ ਮੇਨ ਕੰਪਨੀ ਜਿਹੜੀਆਂ ਹੈਗੀਆਂ ਉਹਨਾਂ ਨੇ ਜਿਹੜੇ ਹਾਈ ਐਂਡ ਸਾਈਕਲ ਬਣਾਏ ਨੇ, ਉਹ ਜਿਹੜਾ 10,000 15,000 ਜਾਂ 20,000 ਜਾਂ 25,000 ਦਾ ਸਾਈਕਲ ਆ, ਉਹ ਸਾਈਕਲ ਸਾਡੇ ਵਾਸਤੇ ਇੱਥੇ ਅਪ ਉਸ ਕੰਪਨੀ ਦਾ ਟੋਪ ਮਾਡਲ ਨੇ ਅਤੇ ਉਹਨਾਂ ਕੰਪਨੀਆਂ ਦੇ ਉਹ ਬਿਲਕੁਲ ਲੋਅਰ ਮਾਡਲ ਨੇ ਉਹ ਜਿਹੜੇ ਆਮ ਯੂਜ਼ ਕਰਨ ਵਾਸਤੇ ਆ। ਸਾਡਾ ਸਾਈਕਲ ਹਾਲੇ ਵੀ 20-25 ਕਿਲੋ ਦਾ ਆ, ਉਹਨਾਂ ਦਾ ਸਾਈਕਲ 2-2.5 ਕਿਲੋ ਦਾ ਸਾਈਕਲ ਆ। ਉਹ ਹੁਣ ਜਿਹੜਾ ਸਾਈਕਲ ਇੱਦਾਂ ਦਾ ਬਣਿਆ ਆ, ਕਾਰਬਨ ਫਾਈਬਰ ਦਾ ਬਣਿਆ ਆ, ਉਹਦੀ ਸਟਰੈਂਥ ਵੀ ਜ਼ਿਆਦਾ ਹੈ, ਉਹਦਾ ਵੇਟ ਵੀ ਹੈ ਨਹੀਂ, ਉਹਦੀ ਚੀਜ਼ਾਂ ਇੱਦਾਂ ਦੀਆਂ ਬਣੀਆਂ ਵੀ 22-23 ਗੇਅਰ ਨੇ ਉਹਨਾਂ ਦੇ, ਅਸੀਂ ਹਾਲੇ ਸਾਡੇ ਗੇਅਰ ਨਹੀਂ ਬਣਦੇ ਪਏ, ਇੰਪੋਰਟ ਕਰਕੇ ਹੀ ਅਸੀਂ ਲਾ ਰਹੇ ਹਾਂ ਔਰ ਅਸੀਂ ਲਾ ਵੀ ਜਿਹੜੇ ਆਰਡੀਨਰੀ ਜੇ ਗੇਅਰ ਇੰਪੋਰਟ ਕਰਕੇ ਲਾ ਰਹੇ ਹਾਂ, ਜਿਹੜੇ ਹਾਈ ਐਂਡ ਉਹ ਤਾਂ ਇੱਥੇ ਆਉਂਦੇ ਨਹੀਂ ਕਿਉਂਕਿ ਸਾਡਾ ਸਾਈਕਲ ਹੀ ਉੱਦਾਂ ਦਾ ਹੈ ਨਹੀਂ, ਸਾਨੂੰ ਉਸ ਕਰਕੇ ਇੰਪੋਰਟ ਕਰਨ ਦਾ ਫਾਇਦਾ ਨਹੀਂ। ਇਸ ਕਰਕੇ ਹੁਣ ਜਿਹੜੀ ਹੈਗੀ ਸਾਈਕਲ ਲਾਈਨ ਨੂੰ ਜੇ ਉੱਪਰ ਆਉਣਾ ਜਾਂ ਹਿੰਦੁਸਤਾਨ ਦੀ ਕਿਸੇ ਵੀ ਚੀਜ਼ ਨੇ, ਦੇਖੋ ਕਾਰਾਂ ਵਾਸਤੇ ਇਹਨਾਂ ਨੇ ਉਹ ਟਾਈਮ ਸੀ ਜਦੋਂ ਅੰਬੈਸਡਰ ਅਤੇ ਫੀਐਟ ਅਤੇ ਇੱਕ ਜੀਪ ਜਿਹੜੀ ਹੁੰਦੀ ਸੀ ਇੱਥੇ, ਹੈ ਨਾ, ਉਸ ਤੋਂ ਬਾਅਦ ਮਰੂਤੀ ਆਈ ਹੈ, ਮਰੂਤੀ ਤੋਂ ਬਾਅਦ ਇਹਨਾਂ ਨੇ ਲਿਬਰਾਈਜੇਸ਼ਨ ਕੀਤੀ ਕਾਰਾਂ ਨਵੀਂ ਤੋਂ ਨਵੀਂ, ਅੱਜ ਹਿੰਦੁਸਤਾਨ ਦੇ ਵਿੱਚ ਉਹੀ ਕਾਰਾਂ ਨੇ ਜਿਹੜੀਆਂ ਬਾਹਰ ਦੇ ਵਿੱਚ ਨੇ, ਉਹੀ ਕਾਰਾਂ ਇੱਥੇ ਬਣ ਕੇ ਅਸੀਂ ਐਕਸਪੋਰਟ ਵੀ ਕਰ ਰਹੇ ਹਾਂ। ਮੈਂ ਉੱਥੇ ਸਵਿਟਜ਼ਰਲੈਂਡ 'ਚ ਦੇਖ ਕੇ ਆਇਆ ਆਪਣੀ ਇੱਥੇ ਇੰਡੀਆ ਦੀ ਬਣੀ ਹੋਈ ਸਵਿਫਟ ਕਾਰ ਉੱਥੇ ਚੱਲਦੀ ਪਈ ਹੈ, ਕਿਉਂਕਿ ਜੇ ਅਸੀਂ ਇੱਥੇ ਟੈਕਨੋਲੋਜੀ ਆਈ ਜਪਾਨੀਆਂ ਨਾਲ ਟੈਕਨੋਲੋਜੀ ਆ ਗਈ ਉਹ ਚੀਜ਼ ਬਣਾਈ ਗਈ ਬਣਾ ਕੇ ਇੱਥੋਂ ਪ੍ਰੋਡਕਸ਼ਨ ਕਰਕੇ ਦਿੱਤੀ ਜਾ ਰਹੀ ਹੈ। ਇਹੀ ਚੀਜ਼ ਜੇ ਸਾਈਕਲ ਦੇ ਵਿੱਚ ਵੀ ਹੋ ਜੇ ਤਾਂ ਕੋਈ ਐਸੀ ਚੀਜ਼ ਨਹੀਂ ਹੈ ਵੀ ਸਾਈਕਲ ਜਿਹੜਾ ਹੈਗਾ ਹਿੰਦੁਸਤਾਨ ਵਾਲੇ ਜਾਂ ਸਾਈਕਲ ਪਾਰਟਸ ਬਣਾ ਕੇ ਉਹ ਯੂਰਪ ਨੂੰ ਨਹੀਂ ਦੇ ਸਕਦੇ, ਸਭ ਕੁਝ ਹੋ ਸਕਦਾ। ਸਰਕਾਰ ਦਾ ਸਾਥ ਚਾਹੀਦਾ, ਬੰਦੇ ਤਿਆਰ ਬੈਠੇ, ਸਰਕਾਰ ਸਾਥ ਦੇਵੇ ਸਾਨੂੰ ਟੈਕਨੋਲੋਜੀ ਇੰਪੋਰਟ ਕਰਨ ਵਾਸਤੇ, ਦੇਵੇ ਨੋਮੀਨਲ ਜਿਹੜੀ ਡਿਊਟੀ ਲਾ ਕੇ ਸਾਨੂੰ ਮਸ਼ੀਨਰੀ ਮੰਗਾਉਣ ਨੂੰ ਦੇਵੇ, ਅਤੇ ਅਸੀਂ ਸਾਰਾ ਕੁਛ ਕਰਕੇ ਰੱਖਾਂਗੇ।